ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਪੰਜਾਬ ਦੀ ਸਿਆਸਤ ਦੇ ਸਭ ਤੋਂ ਵਿਵਾਦਿਤ ਲੀਡਰ ਬਣਦੇ ਦਿਖਾਈ ਦਿੰਦੇ ਨੇ। ਜਲਾਲਾਬਾਦ ਵਿੱਚ ਉਹਨਾਂ ਦੀ ਡਿਊਟੀ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਹੈ। ਪਹਿਲਾਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਲੈ ਕੇ ਵਿਵਾਦ ਹੋਇਆ ਅਤੇ ਹੁਣ ਉਹਨਾਂ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਇੱਕ ਕਾਂਗਰਸੀ ਵਰਕਰ ਨਾਲ ਗੱਲਬਾਤ ਕਰ ਰਹੇ ਨੇ, ਕਥਿਤ ਤੌਰ ਤੇ ਗੱਲਬਾਤ ਕਰ ਰਹੇ ਨੇ ਅਤੇ ਇੱਕ ਅਕਾਲੀ ਕੌਂਸਲਰ ਨੇ ਉਹਨਾਂ ਤੋਂ ਸਵਾਲ ਪੁੱਛਿਆ ਸੀ, ਉਸ ਤੇ ਪਰਚਾ ਦਰਜ ਕਰਵਾਇਆ ਗਿਆ, ਉਸ ਨੂੰ ਜੇਲ੍ਹ ਵਿੱਚ ਰੱਖੇ ਗਏ ਅਤੇ ਬਹੁਤ ਸਾਰੀਆਂ ਧਮਕੀਆਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਥਿਤ ਤੌਰ ਤੇ ਇਸ ਆਡੀਓ ਦੇ ਵਿੱਚ ਲਾਉਂਦੇ ਦਿਖਾਈ ਦਿੰਦੇ ਨੇ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਣਿਆ ਮਾਣਿਆ ਗੁੰਡਾ ਹੈ। ਇਹ ਕਾਂਗਰਸ ਦੀ ਸਰਕਾਰ ਆਪਣੇ ਸੱਤੇ ਦੇ ਨਸ਼ੇ 'ਚ ਇੰਨੇ ਹੰਕਾਰ ਵਿੱਚ ਆ ਗਈ ਹੈ ਕਿ ਜਿਹੜੇ ਝੂਠੇ ਵਾਅਦੇ ਕਰਕੇ ਇਹ ਸੱਤਾ ਵਿੱਚ ਆਏ ਸੀ, ਜਦ ਵੋਟਾਂ ਮੰਗਣ ਵਾਸਤੇ ਲੋਕਾਂ ਦੇ ਵਿੱਚ ਜਾਂਦੇ, ਜੇ ਲੋਕ ਉਹਨਾਂ ਨੂੰ ਸਵਾਲ ਵੀ ਉਠਾਉਣ ਤਾਂ ਜਾਂ ਉਹਨਾਂ ਦੀ ਮਾਰਕੁੱਟ ਹੁੰਦੀ ਹੈ ਜਾਂ ਉਹਨਾਂ ਨੂੰ ਪਰਚੇ ਹੁੰਦੇ ਜਾਂ ਉਹਨਾਂ ਨੂੰ ਜੇਲ੍ਹ ਹੁੰਦੀ ਹੈ। ਅੱਜ ਤੁਸੀਂ ਰਾਜਾ ਵੜਿੰਗ ਜੀ ਜਿਹੜੇ ਜਾਣੇ ਮਾਣੇ ਇੱਕ ਗੁੰਡੇ ਹੈਗੇ, ਜੇ ਗਲੀ ਦੇ ਪੁੱਛਤਾਛ ਦੇ ਮਗਰ ਹੀ ਤੁਸੀਂ ਬੰਦੇ ਨੂੰ ਫੜ ਕੇ FIR ਕਰ ਦੋਗੇ, ਤਾਂ ਮੈਂ ਦਾਖਾ ਹਲਕਾ 'ਚ ਹੋ ਕੇ ਆਈ ਹਾਂ ਜਿੱਥੇ ਆਸ਼ੂ ਇੱਕ ਇਹਨਾਂ ਦੇ ਮੰਤਰੀ ਨੇ, ਜਿਨ੍ਹਾਂ ਨੇ ਗੁਰਸਿੱਖ ਕਾਂਗਰਸੀ ਵਰਕਰ ਦੀ ਕਕਾਰਾਂ ਦੀ ਬੇਅਦਬੀ ਕਰਕੇ ਉਹਨੂੰ ਮਾਰ ਕੁੱਟ ਕੇ ਫਿਰ ਉਹਨੂੰ ਹੀ ਅੰਦਰ ਕਰਤਾ ਜੇਲ੍ਹ ਵਿੱਚ। ਇਸ ਆਡੀਓ ਤੋਂ ਪਹਿਲਾਂ ਜਦੋਂ ਇੱਕ ਵੀਡੀਓ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤਾਂ ਰਾਜਾ ਵੜਿੰਗ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਸਨ, ਉਸ ਬਾਰੇ ਸਪਸ਼ਟੀਕਰਨ ਦਿੱਤਾ ਸੀ ਅਤੇ ਹੁਣ ਜਦੋਂ ਆਡੀਓ ਵਾਇਰਲ ਹੋਈ ਹੈ ਤਾਂ ਇੱਕ ਵਾਰ ਫਿਰ ਤੋਂ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਸਫਾਈ ਦਿੱਤੀ ਹੈ। ਕੀ ਇਹ ਸਫਾਈ ਤੁਸੀਂ ਆਪ ਹੀ ਸੁਣ ਲਓ। ਅੱਜ ਫੇਰ ਇੱਕ ਮਾਮਲਾ ਗਰਮਾ ਰਿਹਾ ਕਿ ਰਾਜੇ ਵੜਿੰਗ ਨੇ ਦੀ ਜਿਹੜੀ ਆਵਾਜ਼ ਹੈ, ਉਹਨਾਂ ਦੀ ਆਵਾਜ਼ ਦੇ ਰਾਹੀਂ ਉਹਨਾਂ ਨੇ ਕਿਸੇ ਪ੍ਰੇਮ ਸਿੰਘ ਨਾਲ ਗੱਲ ਕੀਤੀ, ਪ੍ਰੇਮ ਕੁਮਾਰ ਨਾਲ, ਅਤੇ ਉਹਨਾਂ ਨੇ ਉਹਨੂੰ ਥਾਣੇ ਫੜਾਤਾ ਬੰਦੇ ਨੂੰ। ਕਾਫੀ ਇਹ ਗਰਮਾਇਆ ਹੋਇਆ ਮਸਲਾ ਹੈ। ਅੱਜ ਪ੍ਰੇਮ ਕੁਮਾਰ ਜੀ, ਜਦੋਂ ਮੈਂ ਕੱਲ੍ਹ ਮੈਨੂੰ ਪਤਾ ਲੱਗਿਆ ਰਾਤ ਨੂੰ, ਅਤੇ ਅੱਜ ਪ੍ਰੇਮ ਕੁਮਾਰ ਜੀ ਆਪਦੇ ਵੱਲੋਂ ਇੱਕ ਦਰਖਾਸਤ ਦੇ ਕੇ ਆਏ ਹੈ। ਉਹ ਦਰਖਾਸਤ 'ਚ ਲਿਖ ਕੇ ਆਏ ਹੈ ਕਿ ਰਾਜੇ ਵੜਿੰਗ ਨਾਲ ਮੇਰੀ ਕਿਸੇ ਪ੍ਰਕਾਰ ਦੀ ਕੋਈ ਵਾਰਤਾਲਾਪ ਨਹੀਂ ਹੋਈ। SSP ਸਾਹਿਬ ਨੂੰ ਉਹਨੇ ਐਪਲੀਕੇਸ਼ਨ ਲਿਖੀ, ਚਿੱਠੀ ਮਾਰਕ ਹੋਈ, ਉਹਦੀ ਇਨਕੁਆਇਰੀ ਮਾਰਕ ਹੋ ਗਈ ਕਿ ਇਹ ਮੇਰੀ ਆਵਾਜ਼ ਨਹੀਂ ਹੈ, ਮੈਨੂੰ ਨਹੀਂ ਪਤਾ ਇਹ ਕਿਹਦੀ ਆਵਾਜ਼ ਹੈ, ਮੈਂ ਪ੍ਰੇਮ ਕੁਮਾਰ ਹਾਂ ਅਤੇ ਮੈਨੂੰ ਬਦਨਾਮ ਕੀਤਾ, ਮੈਨੂੰ ਮੇਰੀ ਆਵਾਜ਼, ਮੇਰੇ 'ਤੇ ਇਹ ਝੂਠਾ ਲਾਇਆ ਜਾ ਰਿਹਾ ਵੀ ਮੇਰੀ ਆਵਾਜ਼ ਹੈ, ਮੇਰੀ ਆਵਾਜ਼ ਨਹੀਂ ਹੈ। ਹੁਣ ਤੁਹਾਨੂੰ ਅਸੀਂ ਉਹ ਆਡੀਓ ਦੇ ਕਲਿੱਪ ਦਾ ਛੋਟਾ ਜਿਹਾ ਭਾਗ ਸੁਣਾ ਦਿੰਦੇ ਹਾਂ ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਤੁਸੀਂ ਆਪ ਹੀ ਸੁਣ ਲਓ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਆਵਾਜ਼ ਤੁਹਾਨੂੰ ਲੱਗਦੀ ਹੈ ਜਾਂ ਨਹੀਂ। ਗੱਲ ਸੁਣੋ ਯਾਰ, ਮੇਰੀ ਸਾਡੀ ਸਰਕਾਰ 'ਚ ਜੇ ਸਾਡੇ ਕੋਲ ਗੱਲ ਪਊਗਾ, ਅਸੀਂ ਆਪਦੀ ਇੱਜ਼ਤ ਹੀ ਨਹੀਂ ਬਚਾ ਸਕਦੇ, ਅਸੀਂ ਲੋਕਾਂ ਨੂੰ ਕਿਵੇਂ ਬਚਾਵਾਂਗੇ। ਹਾਂ ਨਹੀਂ ਸਰ, ਸਾਨੂੰ ਨਾ ਸਾਰੇ ਮੱਲੇ ਨੇ ਇੰਨੇ ਥੁੱਕੇ ਜੀ ਉਹਨੂੰ, ਤੇ ਰੋਣ ਲੱਗੇ, ਜਦੋਂ ਬੱਚੇ ਵੀ ਰੋਣ ਲੱਗੇ ਸਰ ਉਹਦੇ। ਕਾਂਗਰਸ ਪਾਰਟੀ ਇਹਨਾਂ ਉਪ ਚੋਣਾਂ ਦੇ ਵਿੱਚ ਧੱਕਾ ਕਰ ਰਹੀ ਹੈ। ਦਰਅਸਲ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਡਿਊਟੀ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਹੈ ਤੇ ਲਗਾਤਾਰ ਉਹ ਤਿੱਖਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਰਦੇ ਦਿਖਾਈ ਦਿੰਦੇ ਨੇ। ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਲੋਕਾਂ ਨੂੰ ਕਹਿ ਰਹੇ ਸਨ ਕਿ ਸਰਕਾਰਾਂ ਜਾਣਬੁੱਝ ਕੇ ਤੁਹਾਡੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੀਆਂ, ਜੇਕਰ ਉਹ ਪੜ੍ਹ ਗਏ ਉਹਨਾਂ ਨੂੰ ਸਮਝ ਆ ਜਾਏਗੀ ਕਿ ਲੀਡਰ ਉਹਨਾਂ ਨੂੰ ਮੂਰਖ ਬਣਾਉਂਦੇ ਨੇ, ਪਰ ਸਾਨੂੰ ਵੋਟਾਂ ਕੌਣ ਪਾਏਗਾ। ਉਸ ਤੋਂ ਬਾਅਦ ਭਗਵੰਤ ਮਾਨ ਨੇ ਮੁੱਦਾ ਚੁੱਕਿਆ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੂੰਹੋਂ ਸੱਚ ਨਿਕਲ ਗਿਆ ਹੈ ਅਤੇ ਇਹੀ ਸੱਚ ਹੈ। ਰਾਜਾ ਵੜਿੰਗ ਨੇ ਬਾਅਦ ਵਿੱਚ ਕਿਹਾ ਕਿ ਮੈਂ ਤਾਂ ਦੂਜੀਆਂ ਸਰਕਾਰਾਂ ਬਾਰੇ ਗੱਲ ਕੀਤੀ ਸੀ, ਆਪਣੀ ਸਰਕਾਰ ਬਾਰੇ ਮੈਂ ਇਹ ਗੱਲ ਨਹੀਂ ਕੀਤੀ ਸੀ, ਮੈਂ ਤਾਂ ਬਾਦਲਾਂ ਬਾਰੇ ਗੱਲ ਕਰ ਰਿਹਾ ਸੀ। ਅਤੇ ਹੁਣ ਇੱਕ ਆਡੀਓ ਵਾਇਰਲ ਹੋਈ ਹੈ, ਕਥਿਤ ਤੌਰ 'ਤੇ ਇਸ ਆਡੀਓ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਤੇ ਇੱਕ ਕਾਂਗਰਸੀ ਵਰਕਰ ਦੀ ਆਵਾਜ਼ ਹੈ ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਨੇ ਕਿ ਮੈਂ ਇੱਕ ਹੋਰ ਪਰਚਾ ਕਰਵਾ ਦਿਆਂਗਾ ਜਿਸ ਨੇ ਮੇਰੇ ਤੋਂ ਸਵਾਲ ਪੁੱਛਿਆ ਸੀ। ਕਿਹਾ ਜਾਂਦਾ ਹੈ ਕਿ ਜਲਾਲਾਬਾਦ ਦੇ ਵਿੱਚ ਇੱਕ ਅਕਾਲੀ ਕੌਂਸਲਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਵਿਕਾਸ ਨੂੰ ਲੈ ਕੇ ਸਵਾਲ ਪੁੱਛ ਲਿਆ ਸੀ, ਕਿਸੇ ਗਲੀ ਨੂੰ ਲੈ ਕੇ ਸਵਾਲ ਪੁੱਛ ਲਿਆ ਸੀ ਕਿ ਕਿਉਂ ਨਹੀਂ ਬਣਾਈ ਗਈ ਹੈ। ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਭੜਕ ਗਏ ਸਨ ਅਤੇ ਜੇਲ੍ਹ ਵਿੱਚ ਫੜਵਾ ਦਿੱਤਾ ਸੀ ਉਸ ਅਕਾਲੀ ਕੌਂਸਲਰ ਨੂੰ। ਉਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫੋਨ ਕੀਤਾ ਕਿ ਅਸੀਂ ਉਸ ਤੋਂ ਮੁਆਫੀ ਮੰਗਵਾ ਦਿਆਂਗੇ। ਇਸ ਆਡੀਓ ਕਲਿੱਪ ਦੇ ਵਿੱਚ ਜੋ ਗੱਲਬਾਤ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਉਸ ਜੋ ਅਕਾਲੀ ਕੌਂਸਲਰ ਹੈ ਉਸ ਤੋਂ ਤੁਹਾਨੂੰ ਮੁਆਫੀ ਮੰਗਵਾ ਦਿਆਂਗੇ, ਤੁਹਾਡੇ ਪੈਰ ਵੀ ਫੜ ਲਏਗਾ, ਪਰ ਉਸ ਨੂੰ ਜੇਲ੍ਹ ਦੇ ਵਿੱਚੋਂ ਛੁਡਵਾ ਲਓ, ਉਸ
ਤੇ ਹੋਰ ਪਰਚੇ ਦਰਜ ਨਾ ਕਰਵਾਇਓ। ਅਮਰਿੰਦਰ ਸਿੰਘ ਰਾਜਾਵੜੇ ਕਹਿੰਦੇ ਨੇ ਕਿ ਜੇਕਰ ਸਾਡੀ ਸਰਕਾਰ ਦੇ ਵਿੱਚ ਸਾਨੂੰ ਹੀ ਲੋਕ ਸਵਾਲ ਪੁੱਛਣਗੇ ਅਤੇ ਅਸੀਂ ਉਹਨਾਂ ਨੂੰ ਸਬਕ ਨਹੀਂ ਸਿਖਾਵਾਂਗੇ ਤਾਂ ਫਿਰ ਕੀ ਫਾਇਦਾ ਹੋਇਆ ਸਾਡੀ ਸਰਕਾਰ ਹੋਣ ਦਾ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਅਮਰਿੰਦਰ ਸਿੰਘ ਰਾਜਾਵੜੇ ਦੇ ਖਿਲਾਫ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੰਡਾ ਤੱਕ ਕਹਿ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਇਸੇ ਤਰ੍ਹਾਂ ਅਮਰਿੰਦਰ ਸਿੰਘ ਰਾਜਾਵੜੇ ਦੀਆਂ ਅਜਿਹੀਆਂ ਆਡੀਓ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਤੇ ਉਹ ਕਹਿੰਦੇ ਨੇ ਕਿ ਨਾ ਤਾਂ ਮੇਰਾ ਵੀਡੀਓ ਦੇ ਵਿੱਚ ਉਹ ਮਕਸਦ ਸੀ ਕਹਿਣ ਦਾ, ਆਡੀਓ ਵਿੱਚ ਤਾਂ ਕਹਿੰਦੇ ਨੇ ਕਿ ਮੇਰੀ ਤਾਂ ਆਵਾਜ਼ ਹੀ ਨਹੀਂ ਹੈ, ਉਹ ਤਾਂ ਸਭ ਝੂਠੀ ਹੈ, ਜੋ ਜਾਂਚ ਹੋਏਗੀ ਉਹ ਕਹਿੰਦੇ ਨੇ ਕਿ ਜਾਂਚ ਕਰਵਾ ਲਓ, ਜੇ ਮੇਰੀ ਆਵਾਜ਼ ਨਿਕਲੀ ਤਾਂ ਮੈਨੂੰ ਜੋ ਵੀ ਕੁਛ ਕਹਿਣਾ ਹੋਇਆ ਸਜ਼ਾ ਦੇਣੀ ਹੋਈ ਤੁਸੀਂ ਦੇ ਸਕਦੇ ਹੋ, ਪਰ ਜਾਂਚ ਕਰਵਾਏਗਾ ਕੌਣ? ਸਰਕਾਰ ਉਹਨਾਂ ਦੀ ਹੈ ਅਤੇ ਉਹ ਤਾਂ ਕਹਿੰਦੇ ਨੇ ਜੇਕਰ ਸਾਡੀ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਸਬਕ ਨਹੀਂ ਸਿਖਾ ਸਕਦੇ, ਜੇ ਲੋਕ ਸਾਨੂੰ ਹੀ ਸਵਾਲ ਪੁੱਛਣਗੇ ਤਾਂ ਫਿਰ ਸਾਡੀ ਸਰਕਾਰ ਹੋਣ ਦਾ ਫਾਇਦਾ ਕੀ ਹੋਇਆ? ਪਰ ਜਲਾਲਾਬਾਦ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਮੁਹੰਮਦ ਸਦੀਕ ਪਹੁੰਚੇ ਸਨ ਜਲਾਲਾਬਾਦ ਦੇ ਵਿੱਚ, ਉਹਨਾਂ ਨੂੰ ਵੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਅਮਰਿੰਦਰ ਸਿੰਘ ਰਾਜਾਵੜੇ ਨੂੰ ਵੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ। ਫਿਰ ਸਰਕਾਰ ਦੇ ਜੋ ਨੁਮਾਇੰਦੇ ਨੇ ਉਹ ਤਾਂ ਤੱਤੇ ਹੋਣਗੇ, ਉਹ ਤਾਂ ਪਰਚੇ ਕਰਵਾਉਣਗੇ, ਕਿਉਂਕਿ ਅਜੇ ਲੀਡਰਾਂ ਨੂੰ ਇਹ ਆਦਤ ਨਹੀਂ ਹੈ ਕਿ ਲੋਕ ਉਹਨਾਂ ਤੋਂ ਸਵਾਲ ਪੁੱਛਣ, ਉਹ ਵੀ ਉਦੋਂ ਜਦੋਂ ਉਹਨਾਂ ਦੀ ਸਰਕਾਰ ਹੋਵੇ ਅਤੇ ਪ੍ਰਚਾਰ ਕਰਨ ਲਈ ਉਹ ਹਲਕਿਆਂ ਦੇ ਵਿੱਚ ਪਹੁੰਚਣ। ਬਹੁਤ ਵਧੀਆ ਰੁਝਾਨ ਇਹ ਲੋਕਾਂ ਦੇ ਵਿੱਚ ਚੱਲ ਰਿਹਾ, ਲੀਡਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ, ਪਰ ਇਹ ਆਡੀਓ ਸੱਚੀ ਹੈ ਜਾਂ ਝੂਠੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਸਵਾਲ ਇਸ ਤੋਂ ਵੀ ਵੱਡਾ ਇਹ ਹੈ ਕਿ ਅਸਲ ਵਿੱਚ ਨਿਰਪੱਖ ਜਾਂਚ ਕਰਵਾਏਗਾ ਕੌਣ? ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ, ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਡੀਓ ਅਸੀਂ ਤੁਹਾਨੂੰ ਸੁਣਾਈ ਹੈ, ਤੁਹਾਨੂੰ ਲੱਗਦਾ ਹੈ ਕਿ ਆਵਾਜ਼ ਅਮਰਿੰਦਰ ਸਿੰਘ ਰਾਜਾਵੜੇ ਦੀ ਹੋ ਸਕਦੀ ਹੈ ਕਿ ਜਾਂ ਫਿਰ ਉਹਨਾਂ ਨੂੰ ਬਦਨਾਮ ਕਰਨ ਲਈ ਇਹ ਝੂਠੀ ਆਡੀਓ ਵਾਇਰਲ ਕੀਤੀ ਗਈ ਹੈ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾਉਣਾ, ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ, ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ। ਸੋ ਮੈਂ ਦਰਖਾਸਤ ਆਪਦੇ ਪੇਜ 'ਤੇ ਪਾਵਾਂਗਾ, ਤੁਸੀਂ ਅੱਗੇ ਲੋਕਾਂ ਨੂੰ ਫਾਰਵਰਡ ਕਰ ਸਕਦੇ ਹੋ, ਇਹਦੇ ਬਾਰੇ ਦੱਸ ਸਕਦੇ ਹੋ, ਕਿਉਂਕਿ ਇਲੈਕਸ਼ਨ ਜਦੋਂ ਮੈਂ ਲੜ ਰਿਹਾ ਸੀ ਪਿਛਲੀ ਵਾਰੀ ਬਠਿੰਡਾ ਤੋਂ, ਉਦੋਂ ਵੀ ਮੇਰਾ ਕਿਸੇ ਨਾਲ ਸੌਦਾ ਕਰਦੇ ਦੀ ਫਲਾਨੇ ਨੂੰ ਬਿਠਾ ਦਿੱਤਾ ਜਾਵੇ, ਖਹਿਰੇ ਨੂੰ ਫਲਾਨੇ ਨੂੰ ਪੈਸੇ ਦੇ ਦਿੱਤੇ ਜਾਣ, ਇੱਕ ਝੂਠੀ ਰਿਕਾਰਡਿੰਗ ਬਣਾਈ ਸੀ, ਇੱਕ ਸ਼ਰਾਬ ਫੜੀ ਗਈ ਉਦੋਂ ਵੀ ਇੱਕ ਝੂਠੀ, ਇਹਨਾਂ ਨੇ ਕੋਈ ਸ਼ਰਾਬ ਫੜੀ ਗਈ ਰਾਜੇ ਵੜਿੰਗ ਤੋਂ, ਉਹ ਵੀ ਬਣਾਈ ਸੀ, ਇੱਕ ਝੂਠੇ ਮੇਰੇ ਫੋਨ ਤੋਂ ਇਹ ਵਿਖਾਇਆ ਗਿਆ ਸੀ ਵੀ ਰਾਜੇ ਨੇ ਕਿਸੇ ਨੂੰ ਵਟਸਐਪ ਕੀਤਾ ਮਨਪ੍ਰੀਤ ਸਿੰਘ ਬਾਦਲ ਦੀ ਘਰਵਾਲੀ ਬਾਰੇ ਵੀ ਉਹ ਆਪਣੇ ਨਾਲ ਚੰਗਾ ਸਲੂਕ ਨਹੀਂ ਕਰ ਰਹੇ, ਤਾਂ ਜੋ ਸਾਡੇ 'ਚ ਦੋ ਫਾੜ ਪਵੇ ਅਤੇ ਲੋਕਾਂ ਨੂੰ ਮੇਰੀ ਜਿਹੜੀ ਛਵੀ ਖਰਾਬ ਹੋਵੇ, ਕਿਉਂਕਿ ਮੈਂ ਬਾਦਲਾਂ ਨਾਲ ਇਲੈਕਸ਼ਨ ਲੜ ਰਿਹਾ ਸੀ। ਹੁਣ ਮੇਰੇ ਸਤਿਕਾਰਯੋਗ ਭਰਾਓ, ਜਦੋਂ ਆਹ ਗੱਲ ਆਈ ਤਾਂ ਪ੍ਰੇਮ ਕੁਮਾਰ ਨੇ ਇਹ ਗੱਲ ਸਿੱਧ ਕਰਤੀ ਔਰ ਪ੍ਰੇਮ ਕੁਮਾਰ ਨੇ ਇਹ SSP ਨੂੰ ਲਿਖਿਆ ਕਿ ਮੈਂ ਕੋਈ ਐਸੀ ਗੱਲ ਮੇਰੇ ਨਾਲ ਰਾਜੇ ਵੜਿੰਗ ਦੀ ਨਹੀਂ ਹੋਈ, ਨਾ ਮੈਂ ਛੁਡਾ ਕੇ ਲਿਆ, ਇਹ ਬਿਲਕੁਲ ਸਰਾਸਰ ਕਿਸੇ ਨੇ ਬਣਾਇਆ ਗਿਆ ਕੰਮ ਹੈ। ਸੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਮੈਂ ਅੱਜ News 18 ਤੇ ਚੱਲਿਆ ਮਹੱਲਾ ਬਾਲਮੀਕੀ ਦੇ ਵਿੱਚ, ਇਹ ਲੜਕਾ ਵੀ ਸੰਦੀਪ ਕੁਮਾਰ ਬਾਲਮੀਕੀ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਮੈਂ ਉੱਥੇ ਗੁਰੂ ਰਵਿਦਾਸ ਜੀ ਦੇ ਉੱਥੇ ਪ੍ਰੋਗਰਾਮ 'ਤੇ ਬਾਲਮੀਕੀ ਪ੍ਰਗਟ ਦਿਵਸ 'ਤੇ ਮੈਂ ਗਿਆ ਸੀ, ਮੈਨੂੰ ਸੱਦਿਆ ਪ੍ਰੇਮ ਕੁਮਾਰ ਹਰਾ ਨੇ, ਉੱਥੋਂ ਦੇ ਮਾਲੇ ਵਾਲਿਆਂ ਨੇ। ਜਦੋਂ ਮੈਂ ਗਿਆ ਉੱਥੇ, ਮੈਂ ਆਪਦਾ ਸ਼ਰਧਾ ਦੇ ਨਾਲ ਜੋ ਦਿਲ ਫੁੱਲ ਭੇਟਾ ਉਹਨਾਂ ਦੀ ਸੇਵਾ ਕੀਤੀ, ਮੰਦਰ 'ਚ ਮੱਥਾ ਟੇਕਿਆ, ਮੈਂ ਚੰਡੀ ਦੇਣ ਗਿਆ ਸੀ ਉੱਥੇ, ਇਹ ਵੀ ਉੱਥੇ ਖੜਾ ਸੀ। ਇਸ ਵਿਅਕਤੀ, ਇਹ ਅਕਾਲੀ ਦਲ ਦਾ MC ਹੈ, MC ਅਕਾਲੀ ਦਲ ਦਾ ਮੌਜੂਦਾ, ਕਿਉਂਕਿ ਹਜੇ ਸਾਡੀ ਕਮੇਟੀ ਦੁਆਰੇ ਬਣੀ ਨਹੀਂ। ਇਸ ਬੰਦੇ ਨੇ ਬੜੀ ਬਦਤਮੀਜ਼ੀ ਨਾਲ ਉਹ News 18 ਦੀ ਨਿਊਜ਼ ਸੁਣ ਲਓ, ਜਿਹੜੀ ਕਿ ਮੱਲੇ ਵਾਲਿਆਂ ਨੇ ਦੱਸੀ ਹੈ, ਉੱਥੇ ਕਈ ਲੋਕਾਂ ਨੇ ਮੈਨੂੰ ਪੁੱਛਿਆ ਸਾਡੀ ਗਲੀ ਕਦੋਂ ਬਣੂਗੀ, ਐਨਕਾਂ ਇਹਦੇ ਲੱਗੀਆਂ ਹੋਈਆਂ ਸੀ, ਔਰ ਮੈਂ ਜਵਾਬ ਦਿੱਤਾ ਕਿ ਗਲੀ ਬਣ ਜਾਏਗੀ, ਟੈਂਡਰ ਲੱਗ ਗਿਆ ਹੈ। ਕਹਿੰਦਾ ਨਹੀਂ ਨਹੀਂ ਤੈਨੂੰ ਬੜਾ ਪਤਾ ਹੈ, ਤੂੰ ਐਵੇਂ ਮਾਰਦਾ ਝੂਠ, ਟੈਂਡਰ ਨਹੀਂ ਲੱਗਿਆ, ਹਾਲਾਂਕਿ ਗਲੀ ਦਾ ਟੈਂਡਰ ਲੱਗ ਗਿਆ ਹੈ। ਪਰ ਇਹ ਮੌਜੂਦਾ ਅਕਾਲੀ ਦਲ ਦਾ MC ਜਿਹਨੇ ਮੈਨੂੰ ਵੋਟ ਨਹੀਂ ਪਾਈ, ਕੀ ਇਹ ਹੱਕ ਰੱਖਦਾ ਕਿ ਮੈਨੂੰ ਇਹ ਪੁੱਛੇ ਮੇਰੀ ਬਾਂਹ ਫੜ ਕੇ ਕਿ ਤੂੰ ਗਲੀ ਨਹੀਂ ਬਣਾਈ? ਸਾਰੇ ਮਹੱਲੇ ਨੇ ਇਹਨੂੰ ਲਾਹਨਤਾਂ ਪਾਈਆਂ ਕਿ ਯਾਰ ਤੂੰ ਇਹ ਕੀ ਕਰ ਰਿਹਾ, ਇਹਦੀ ਗਲੀ ਇਹਨੇ ਬਣਾਉਣੀ ਸੀ ਤਾਂ 10 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ, ਤੇ ਉਹ ਅਕਾਲੀ ਦਲ ਦਾ ਜਿਹਦਾ ਮੂੰਹ ਨੀ ਮੱਥਾ ਨੀ, ਜਿਹੜਾ ਰੋਜ਼ ਵੀਡੀਓ ਪਾਉਂਦਾ ਹੈ, ਜਿਹੜੀ ਸ਼ਕਲ ਕੋਈ ਲੋਕ ਵੇਖਣਾ ਪਸੰਦ ਨਹੀਂ ਕਰਦੇ,
ਉਹ ਕਹਿੰਦਾ ਕਿ ਪਾਣੀ ਭਰ ਗਿਆ ਜਾਂ ਫਲਾਂ ਹੋ ਗਿਆ, ਮਿਊਂਸੀਪਲ ਕਮੇਟੀ ਇਹਨਾਂ ਦੀ ਹੈ। ਜੋ ਸ਼ਹਿਰ ਚ ਵਿਕਾਸ ਮੈਂ ਕਰਾਇਆ ਕਿਸੇ ਨੇ ਨੀ ਕਰਾਇਆ, ਕਿਸੇ ਗਿੱਦੜਵਾਦੇ ਬੰਦੇ ਤੋਂ ਪੁੱਛ ਲਓ। ਜਿਹੜੀ ਗਲੀ ਦੀ ਇਹ ਗੱਲ ਕਰਦੇ ਆ, 10 ਸਾਲ ਇਹਨਾਂ ਦੀ ਸਰਕਾਰ ਰਹੀ ਤੇ ਅੱਜ ਵੀ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਹੈ ਕਿਉਂਕਿ ਚੋਣ ਦੁਬਾਰੇ ਹੋਈ ਨੀ। ਇਹ ਮੈਨੂੰ ਸਵਾਲ ਪੁੱਛਣ ਦਾ ਹੱਕ ਰੱਖ ਹੀ ਨਹੀਂ ਸਕਦੇ। ਇਹ ਕਿੱਦਾਂ ਮੈਨੂੰ ਸਵਾਲ ਪੁੱਛਦਾ? ਆਮ ਜਨਤਾ ਮੈਨੂੰ ਸਵਾਲ ਪੁੱਛ ਸਕਦੀ ਹੈ, ਗਿੱਦੜਵਾਦੇ ਵਸਨੀਕ ਪੁੱਛ ਸਕਦੇ ਹੈ, ਮੈਨੂੰ ਸੁਖਬੀਰ ਬਾਦਲ ਕਿਵੇਂ ਸਵਾਲ ਪੁੱਛ ਸਕਦਾ?